ये जी सिद्धू साहब ने एक वीडियो पाई थी कि मकबूलपुरे दे विच असी राशन बहुत वंडिया पर ये रजदा नहीं। भी गलियां ने भी गलियां एक भी घर दस दौ कि घर कट गई है। 150-200 नहीं है, 1200-1300 बंदा है। ਇਹਨਾਂ ਦੇ ਘਰਾਂ ਵਿੱਚ ਰਾਸ਼ਨ ਪਹੁੰਚਾਇਆ ਜਾਵੇ। ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਤਕਰੀਬਨ 1.5 ਲੱਖ ਲੋਕਾਂ ਨੂੰ ਰਾਸ਼ਨ ਦੇਣ ਦਾ ਮਾਮਲਾ ਵਿਵਾਦਾਂ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਜਿਸ ਇਲਾਕੇ ਦੇ ਬਾਹਰ ਖੜੇ ਹੋ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ 1.5 ਲੱਖ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ ਹੈ। ਅੱਜ ਉਸੇ ਇਲਾਕੇ ਦੇ ਨਿਵਾਸੀਆਂ ਨੇ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਹੈ ਕਿ ਸਿੱਧੂ ਨੇ ਕਿਹਨਾਂ ਲੋਕਾਂ ਨੂੰ ਰਾਸ਼ਨ ਦਿੱਤਾ ਹੈ ਉਹਨਾਂ ਨੂੰ ਨਹੀਂ ਪਤਾ, ਕਿਉਂਕਿ ਉਹਨਾਂ ਦੇ ਇਲਾਕੇ ਵਿੱਚ ਅਜੇ ਤੱਕ ਕਿਸੇ ਨੂੰ ਵੀ ਸਰਕਾਰੀ ਰਾਸ਼ਨ ਨਹੀਂ ਮਿਲਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ ਖਿਲਾਫ ਇਲਾਕਾ ਵਾਸੀਆਂ ਨੇ ਰੱਜ ਕੇ ਭੜਾਸ ਕੱਢੀ। ਇਹ ਜੀ ਸਿੱਧੂ ਸਾਹਿਬ ਨੇ ਇੱਕ ਵੀਡੀਓ ਪਾਈ ਸੀ ਕਿ ਮਕਬੂਲਪੁਰੇ ਦੇ ਵਿੱਚ ਅਸੀਂ ਰਾਸ਼ਨ ਬਹੁਤ ਵੰਡਿਆ ਪਰ ਇਹ ਰੱਜਦਾ ਨਹੀਂ। ਅਸੀਂ ਅਫਸਰਾਂ ਨੂੰ ਪੁੱਛਿਆ ਵੀ ਦੱਸੋ ਮਕਬੂਲਪੁਰੇ 'ਚ ਕਿੱਥੇ ਵੰਡਿਆ, ਤੁਹਾਡੇ ਵਗੈਰਾ ਸੱਜਣਾ ਨੇ, ਇਹਨਾਂ ਵਗੈਰਾ ਸੱਜਣਾ ਨੇ, ਇਹ ਦਾਣੀਆਂ ਸੱਜਣਾ ਨੇ, ਇੱਥੇ ਵੰਡਿਆ ਰਾਸ਼ਨ, ਰਾਸ਼ਨ 2 ਕਿਲੋ ਆਟਾ ਜਾਂ 5 ਕਿਲੋ ਆਟਾ, ਕਿਲੋ ਖੰਡ, ਕਿਲੋ ਦਾਲ, ਇਹ ਦਿੱਤਾ, ਪਰ ਸਰਕਾਰ ਵੱਲੋਂ ਇੱਕ ਵੀ ਦਾਣਾ ਮਕਬੂਲਪੁਰੇ ਜਵਾਹਰ ਨਗਰ ਦੇ ਵਿੱਚ ਨਹੀਂ ਆਇਆ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਮੈਂ ਸਾਰਿਆਂ ਨੂੰ ਕਿਹਾ ਕਿ ਕੋਈ ਦਾਲ ਕਰਨੀ ਚਾਹੀਦਾ, ਕਿਹਨੂੰ ਰਾਸ਼ਨ ਨਹੀਂ ਜੇ ਮਿਲਣਾ, ਜੇ ਗੱਲਬਾਤ ਹੋਣੀ ਜੇ, ਜਿਹੜਾ ਕਿ ਵੀਡੀਓ ਪਾਈ ਗਈ ਹੈ ਜਿਹੜਾ ਕਹਿੰਦੇ ਕਿ ਮਕਬੂਲਪੁਰਾ ਰੱਜਦਾ ਨਹੀਂ, ਇਹਨਾਂ ਨੂੰ ਰਾਸ਼ਨ ਦਿੱਤਾ ਗਿਆ, ਇਹ ਫਿਰ ਵੀ ਬੋਲਦੇ ਆ, ਉਹ ਮੈਂ ਤਾਂ ਲੈਂਗੋ ਹੋਰ ਬੋਲਦਾ ਪਿਆ, ਉਹਨਾਂ ਬੜੀ ਮਾੜੀ ਬੋਲੀ ਆ। ਨਹੀਂ ਜੀ, ਮੈਨੂੰ ਦੱਸ ਦੇ ਨਾ, 20 ਗਲੀਆਂ ਨੇ, 20 ਗਲੀਆਂ ਇੱਕ ਵੀ ਘਰ ਦੱਸ ਦਿਓ ਵੀ ਕਿਹਦੇ ਘਰ ਕੱਟ ਗਈ ਆ। ਇਹ 150-200 ਬੰਦਾ ਨਹੀਂ, 1200-1300 ਜਨਾਨੀ ਬੰਦਾ ਆਇਆ ਇੱਥੇ, 150-200 ਨਹੀਂ ਆ, 1200-1300 ਬੰਦਾ ਆ। ਇਹ ਇਸ ਕਰਕੇ ਮੇਰੇ ਵੀਰ, ਇਹ ਇਕੱਠ ਜਿਹੜਾ ਕੀਤਾ ਗਿਆ ਭੁੱਖਮਰੀ ਦਾ ਸ਼ਿਕਾਰ ਨਾ ਹੋਣ, ਅਫਸਰਾਂ ਦੇ ਕੰਨ ਖੋਲ੍ਹਣ ਵਾਸਤੇ, ਇਹਨਾਂ ਦੇ ਘਰਾਂ ਵਿੱਚ ਰਾਸ਼ਨ ਪਹੁੰਚਾਇਆ ਜਾਵੇ।